ਸਾਰੀਆਂ ਸੰਗਤਾਂ ਆਖੋ ਜੀ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਇੰਨੀ ਢਿੱਲੀ ਕਿਉਂ ਭਾਈ? ਚੜ੍ਹਦੀ ਕਲਾ ਵਿੱਚ ਫਤਿਹ ਬੁਲਾਉਣੀ ਚਾਹੀਦੀ ਹੈ। ਜਿਹਦੀ ਜ਼ੁਬਾਨ ਵਿੱਚ ਫਤਿਹ, ਉਹਦੀ ਹਰ ਮੈਦਾਨ ਵਿੱਚ ਫਤਿਹ। ਜਿਹਦੀ ਰਗ ਵਿੱਚ ਫਤਿਹ, ਉਹਦੀ ਜਗ ਵਿੱਚ ਫਤਿਹ। ਜਿਹਨੇ ਫਤਿਹ ਬੁਲਾਈ ਢਿੱਲੀ, ਉਹਨੂੰ ਫਤਿਹ ਕਦੇ ਨਾ ਮਿਲੀ। ਹਰ ਪਾਸੇ ਫਤਿਹ ਚਾਹੁੰਦੇ ਹੋ, ਚੜ੍ਹਦੀ ਕਲਾ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਤੇ ਖੁੱਲ ਗਈਆਂ, ਭਾਈ ਨਹੀਂ ਖੁੱਲੇ ਹਜੇ। ਲੋਕ ਮਾੜੇ ਕੰਮ ਕਰਦੇ ਨੇ, ਸ਼ਰਮ ਨਹੀਂ ਕਰਦੇ। ਅਸੀਂ ਫਤਿਹ ਬੁਲਾਉਣ ਲੱਗਿਆਂ ਕਿਉਂ ਸੰਨਦੇ? ਵਾਹਿਗੁਰੂ ਨਿਤ ਬਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਧਾਰੇ। ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਭਾਨੇ ਸੇਰੀ ਸਾਨੂੰ ਸੰਗਤ ਕਰਨ ਦੇ ਸੁਭਾਗ ਸਮੇਂ ਬਖਸ਼ੇ ਨੇ। ਭਾਨਾ ਕੋਈ ਬਣੇ, ਜਦੋਂ ਸੰਗਤ ਨਸੀਬ ਹੋ ਜੇ, ਸਮਝ ਲਓ ਤੁੱਠਾ ਹੈ ਸਾਡੇ ਤੇ। ਰੱਬ ਤੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਬਿਹਾਵੈ। ਤੇ ਜਦੋਂ ਨਾਰਾਜ਼ ਹੁੰਦਾ, ਉਹਦੀ ਨਿਸ਼ਾਨੀ ਪਤਾ ਕੀ? ਰੱਬ ਰੁੱਠੇ ਦੀ ਇਹ ਨਿਸ਼ਾਨੀ, ਸਾਕਤ ਪੁਰਸ਼ ਮੱਥੇ ਲੱਗ ਜਾਵੇ। ਜਦੋਂ ਕੋਈ ਤੋੜਨ ਵਾਲਾ ਮਿਲ ਪਵੇ, ਜਿਹਦੇ ਨਾਲ ਬਹਿ ਕੇ ਦੋ ਦੋ ਤਿੰਨ ਤਿੰਨ ਘੰਟੇ ਨਿੰਦਾ ਦਾ ਰਸ ਲਿਆ, ਰੱਬ ਚੇਤੇ ਹੀ ਨਹੀਂ ਆਇਆ, ਦੂਸਰੇ ਪਾਸੇ ਹੀ ਚਲੇ ਗਿਆ ਮਨ, ਸਮਝ ਲਈ ਅੱਜ ਤੂੰ ਨਾਰਾਜ਼ ਹੈ ਤਾਂ ਇਹ ਮੱਥੇ ਲੱਗੇ ਨੇ। ਪਰ ਜਦੋਂ ਉਹਨਾਂ ਦੀ ਸੰਗਤ ਮਿਲੇ, ਜਿਨ੍ਹਾਂ ਦੀ ਸੰਗਤ ਬਹਿ ਕੇ ਚਿੱਤ ਆਵੇ ਸਤਨਾਮ ਸ੍ਰੀ ਵਾਹਿਗੁਰੂ, ਉਦੋਂ ਸਮਝ ਲੈਣਾ ਚਾਹੀਦਾ ਤੂੰ ਖੁਸ਼ ਹੈ ਮੇਰੇ ਤੇ, ਖੁਸ਼ ਹੈ। ਧੱਕੇ ਮਿਲ ਜਾਂਦੇ ਨੇ, ਗਾਲਾਂ ਮਿਲ ਜਾਂਦੀਆਂ, ਉਹਦੇ ਤਰਸ ਤੋਂ ਬਿਨਾਂ ਸੰਗਤ ਦੀਆਂ ਘੜੀਆਂ ਨਸੀਬ ਨਹੀਂ ਹੁੰਦੀ। ਜਦੋਂ ਮਿਲਣ ਤੇ ਲੱਖ ਲੱਖ ਵਾਰ ਸੀਸ ਝੁਕਾ ਕੇ ਸ਼ੁਕਰਾਨੇ ਕਰਨੇ ਚਾਹੀਦੇ। ਅੱਜ ਬਖਸ਼ੀਓ, ਇਸੇ ਤਰ੍ਹਾਂ ਬਸ ਸੰਗਤ ਦਾ ਕਿਲਾ ਬਖਸ਼ਦਾ ਰਹੀ। ਅੱਜ ਬਿਠਾਇਆ ਹੀ, ਜਦੋਂ ਖੀਰਲਾ ਸਾਹ ਹੋਵੇ, ਇਸੇ ਤਰ੍ਹਾਂ ਤੇਰੀ ਸੰਗਤ 'ਚ ਬੈਠਾ ਹੋ। ਇਹ ਮੰਗਣਾ ਚਾਹੀਦਾ, ਇਹ ਮੰਗਣਾ ਚਾਹੀਦਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾ ਖਾਵੈ, ਤੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਇੱਕ ਜਗ੍ਹਾ ਗੁਰੂ ਅਮਰਦਾਸ ਦੇ ਬਚਨ ਪੜਿਓ ਮਹਾਰਾਜ ਦੇ, ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ। ਕਿਵੇਂ ਮਹਾਰਾਜ? ਮਹਾਰਾਜ ਕਹਿੰਦੇ ਜੈਸੇ ਪਸ਼ੂ ਢੋਰ, ਜਿਵੇਂ ਪਸ਼ੂਆਂ ਦਾ ਝੁੰਡ ਨਹੀਂ ਹੁੰਦਾ, ਜੇ ਸੰਗਤ ਨਹੀਂ ਕਿਸੇ ਮਹਾਂਪੁਰਖ ਦੀ, ਜੇ ਸੰਗਤ ਨਹੀਂ ਕਿਸੇ ਬਖਸ਼ੇ ਦੀ, ਜ਼ਿੰਦਗੀ ਦਾ ਚੱਜ ਆ ਨਹੀਂ ਸਕਦਾ। ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ? ਬਸ ਇਹੀ ਜ਼ਿੰਦਗੀ ਸਮਝੀ ਬੈਠੇ ਹਾਂ, ਖਾਣਾ ਪੀਣਾ ਹੱਸਣਾ ਸੌਣਾ, ਇਹੀ ਜ਼ਿੰਦਗੀ ਹੈ। ਇਹ ਸਾਰੇ ਕੰਮ ਤੇ ਪਸ਼ੂ ਵੀ ਕਰਦੇ ਹੈ। ਸੰਗਤ ਕਰਕੇ ਬਖਸ਼ਿਆਂ ਦੀ ਇੱਕ ਗੱਲ ਚੇਤੇ ਆਉਂਦੀ ਹੈ ਕਿ ਉਹਨੂੰ ਵੀ ਯਾਦ ਰੱਖਣਾ ਹੈ, ਜਾਨ ਵੀ ਨਿਕਲਣੀ ਇੱਕ ਦਿਨ, ਜਾਨ ਵੀ ਨਿਕਲਣੀ ਹੈ। ਜਿਹੜੇ ਕੰਮ ਨੂੰ ਆਇਆ ਮਨਾ, ਜੇ ਉਹ ਕੰਮ ਨਾ ਕਰਕੇ ਗਿਆ ਤੇ ਫਿਰ ਟੇਢੀਆਂ ਮੇਢੀਆਂ ਜੂਨਾਂ 'ਚ ਪਟ ਗਏ। ਬਖਸ਼ੀਆਂ ਦੀ ਸੰਗਤ ਇਹ ਚੇਤਾ ਕਰਾ ਦਿੰਦੀ ਹੈ, ਚੱਜ ਆ ਜਾਂਦਾ। ਫਿਰ ਬਹੁਤਾ ਖਾਂਦਾ ਨਹੀਂ, ਬਹੁਤਾ ਹੱਸਦਾ ਨਹੀਂ, ਬਹੁਤਾ ਸੌਂਦਾ ਨਹੀਂ, ਬਸ ਜ਼ਿੰਦਗੀ ਸੰਜਮ 'ਚ ਆ ਜਾਂਦੀ ਹੈ। ਇਹ ਬਖਸ਼ਿਆਂ ਦੀ ਸੰਗਤ ਰੰਗ ਲਾ ਦਿੰਦੀ। ਆਓ ਸਤਿਗੁਰੂ ਮੇਰ ਕਰਨ, ਸਮਾਂ ਥੋੜ੍ਹਾ ਹੀ ਹੈ ਸਾਡੇ ਪਾਸ, ਕਿਉਂਕਿ 9 ਕੁ ਵਜੇ ਤੱਕ ਆਪਾਂ ਹਾਜ਼ਰੀ ਭਰਨੀ। 9 ਤੋਂ 9:30 ਬੜੂ ਸਾਹਿਬ ਦੇ ਮੁਖੀ, ਪਿਆਰੀ ਆਤਮਾ, ਪਿੱਜੀ ਆਤਮਾ ਬਾਬਾ ਇਕਬਾਲ ਸਿੰਘ ਦੀ, ਉਹਨਾਂ ਨੇ ਵੀ ਸੰਗਤ ਨਾਲ ਬਚਨ ਸਾਂਝੇ ਕਰਨੇ ਹਨ। ਆਓ ਸਤਿਗੁਰੂ ਮੇਰ ਕਰਨ, ਜਿੰਨਾ ਸਮਾਂ ਸਾਡੇ ਪਾਸ ਹੈ ਲਾਹ ਲਈਏ, ਅਤੇ ਕੋਈ ਵੀ ਸੰਗਿਓ ਨਾ, ਜਿੰਨੇ ਆ ਗਏ ਉਹਦੀ ਕਿਰਪਾ ਹੋ ਗਈ, ਜਿੰਨਿਆਂ ਨੇ ਆਉਣਾ ਮੱਥਾ ਟੇਕ ਕੇ ਆਪੇ ਬਹਿ ਜਾਣਗੇ। ਇੱਕ ਦੂਜੇ ਨੂੰ ਵੇਖਾ ਵੇਖੀ ਦੇ ਚੱਕਰ 'ਚ ਆਪਣਾ ਸਮਾਂ ਨਹੀਂ ਗਵਾਉਣਾ, ਸਮੇਂ ਨੂੰ ਸਫਲਾ ਕਰੀਏ। ਸਿਆਣਿਆਂ ਦੇ ਬਚਨ ਨੇ, ਜਿਹੜਾ ਤੀਰ ਕਮਾਨ 'ਚੋਂ ਨਿਕਲ ਜਾਏ ਵਾਪਸ ਨਹੀਂ ਆਉਂਦਾ,
ਜਿਹੜੇ ਬੋਲ ਜ਼ੁਬਾਨ ਤੋਂ ਨਿਕਲ ਜਾਣ ਵਾਪਸ ਨਹੀਂ ਆਉਂਦੇ, ਜਿਹੜਾ ਸਮਾਂ ਇੱਕ ਵਾਰੀ ਹੱਥੋਂ ਲੰਘ ਜੇ ਵਾਪਸ ਨਹੀਂ ਆਉਂਦਾ। ਇਸ ਕਰਕੇ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ ਹੈ। ਸਤਿਗੁਰੂ ਮਿਹਰ ਕਰਨ ਆਓ, ਦੋ ਕੁ ਮਿੰਟ ਜਪੋ, ਉਸ ਤੋਂ ਬਾਅਦ ਜਿਵੇਂ ਸਤਿਗੁਰੂ ਮਿਹਰ ਕਰਦੇ ਆਪਾਂ ਰਲ ਮਿਲ ਕੇ ਹਾਜ਼ਰੀ ਭਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਜਿਹਨਾਂ ਸੱਜਣਾ ਕੋਲ ਮੋਬਾਈਲ ਫੋਨ ਨੇ, ਥੋੜ੍ਹੇ ਸਮੇਂ ਲਈ ਹੁਣ ਮੋਬਾਈਲਾਂ ਨੂੰ ਬੰਦ ਕਰ ਦਿਓ, ਤਾਂ ਜੋ ਸਾਡੀ ਸੁਰਤ ਮੋਬਾਈਲਾਂ ਤੋਂ ਨਿਕਲ ਕੇ ਸ਼ਬਦ 'ਚ ਜੁੜ ਸਕੇ। ਜਿਹੜਾ ਲਾਹ ਲੈਣ ਆਈ ਹੈ, ਲਾਹੇ ਨੂੰ ਲੈ ਕੇ ਘਰਾਂ ਨੂੰ ਜਾ ਸਕੀਏ। ਸਤਿਗੁਰੂ ਮਿਹਰ ਕਰਨ ਆਓ, ਦੋ ਕੁ ਮਿੰਟ ਜਪੋ, ਫਿਰ ਜਿਵੇਂ ਉਹਨਾਂ ਦੀ ਮੌਜ ਹੋਈ, ਜਿਹੜੇ ਪਾਸੇ ਤੋਰਨਾ ਹੋਇਆ ਆਪੇ ਹੀ ਸੇਵਾ ਕਰਾ ਲੈਣਗੇ। ਕੋਈ ਵੀ ਰਸਨਾ ਮਾਂਜੀ ਨਾਰੇ ਕਰੋ, ਸਾਰੀ ਸੰਗਤ ਕਿਰਪਾ ਜੀ, ਵਾਹਿਗੁਰੂ 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 ਵਾਹਿ, ਜਪੋ ਜਪੋ, ਤਗੜੇ ਹੋ ਗਏ ਭਾਈਆਂ ਨੂੰ ਬੇਨਤੀ ਹੈ, ਤਗੜੇ ਹੋ ਕੇ ਜਪੋ ਵਾਹਿਗੁਰੂ 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 ਜਪੋ ਜਪੋ ਵਾਹਿਗੁਰੂ ਵਾਹਿਗੁਰੂ ਅੰਦਰੋਂ ਕਹਿਣਾ ਹੈ, ਕੇਵਲ ਜ਼ੁਬਾਨ ਤੋਂ ਨਹੀਂ, ਹਿਰਦਾ ਮੰਨੇ ਇਸ ਗੱਲ ਨੂੰ, ਫਿਰ ਤੈਨੂੰ ਉਤਾਰੇਗਾ ਜ਼ਰੂਰ। ਜੇ ਤੂੰ ਇੰਨਾ ਅੰਦਰੋਂ ਸਿਲੰਡਰ ਹੋ ਜਾਵੇਂ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਸਮਾਰੇ, ਫਿਰ ਮੈਂ ਕੀ ਕਰਾਂ। ਜਿਹਦੇ ਅੱਗੇ ਬੇਨਤੀ ਕੀਤੀ ਹੈ, ਜਿਹਨੂੰ ਦੱਸ ਰਹੇ ਆਪਣੀ ਹਾਲਤ, ਅਗਲਾ ਆਵਾਜ਼ ਮਾਰ ਕੇ ਕਹਿ ਹੀ ਦੇਵੇ ਕੀ ਕਰਾਂ ਫਿਰ ਮੈਂ। ਤੂੰ ਅੰਦਰੋਂ ਕਈ ਗਵਾਰੀ ਦਇਆ ਕਰੋ ਕਿਸ਼ਮੇਰ ਪਾਓ, ਡੁੱਬਦੇ ਪੱਥਰ ਤਾਰੇ ਦਇਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਇਆ ਕਰੋ, ਸਾਰੇ ਬੋਲੋ ਦਇਆ ਕਰੋ ਕਿਸ਼ਮੇਰ ਉਪਾਓ, ਦਇਆ ਕਰੋ ਕਿਸ਼ਮੇਰ ਪਾਓ, ਡੁੱਬਦੇ ਪੱਥਰ ਤਾਰੇ ਮੁਕ ਉਤਾਰ ਲੇ, ਰਾਮਾ ਤਾਰ ਲੇ, ਮੈਂ ਅਜਾਨ ਜਨ ਤਰ ਬੇਨਾ ਜਾਨੋ, ਬ
बाप बीठला बहने बाप बीठला बहने नरते सुरफ जात निमक में सतगुर बुद्ध सिखलाई नरते उपज सुरग को जीते ओ सो अवखद में पाई जगह जगह तू नारद टेके नैक टिकाबू मोरे नैक टिकाबू मोरे तेरे नाम अवलंब बहुत जन उधरे तेरे नाम अवलंब बहुत जन उधरे नामे की निजबत मैं अजान जन तर बिना जानू सारे बोलो मैं अजान जन तर बिना लोभ लैर अतनी झर बाजे काया डूबे के सुवा संसार समुंदे तार गोविंदे संसार समुंदे तार गोविंदे तार ले बाप बीठला मैं अजान जन तर बिना जानू ना जानू ना जानो तर बिना जानो नाथ कछु ना जानो हाँ नाथ कछु ना जानो मन माया के गात बिकानो मन माया के गात बिकानो तुम कहियत हो जगत गुर स्वामी हम कहियत कल जुग के कामी हम कहियत कल जुग के कामी मैं अजान जन तर बिना जानू सारे बोलो मैं अजान जन ग्रे तज बन खंड जाइए चुन खाइए कंदा अज हो बिकार न छोड़ी पापी मन मंदा क्यों छोटू कैसे तरू कैसे तनू
कैसे तरूं, क्यों छूटूं कैसे तरूं, पाप जल निर्भारी राख राख मेरे बीठ ला जन शरण तुम्हारी। बिखे बिखे की वासना तजी न जाए, अनक जतन कर राखी है फिर लपटाई। जरा जीवन जो बन गया किस किया नानी का, एहो जीड़ा निर्मूल को कोडी लगवी का। कौ कबीर मेरे माधवा तू सर्व व्यापी, तुम संसार नागी दयाला, मोहे संसार मापी मैं अजान जन तरवे ना जान। मैं अजान जन तर बिना जनो, बाप बिठला बांधे ओ मोको तार ले रामा तार ले, मोको तार ले राबा तार ले, तारु तारण खादे तारो तारण खादे, बोलो तारु तारण हरे तारु सागर अथा नहर में
करो कारण हारे वैरो करो तारण हारे करो तारण हारे करो 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 मात गर्भ में अपन सिमरण दे ते तुम राखण खा दे ते तुम राखण खा दे पाव सागर यथा नहर में तारो तारण हारे मा तो तू ठाकुर सिर मोरा तू ठाकुर सिर मोरा ईगा उगा तुगारो थोरा तुम्हारो तोरा किते को मेरे सम्मान करण हार तिण जाने तू दाता मांगन को सगली दान दे प्रभु पाने खिन में अवर खिने में अवरा चर्ज चर्त तुम्हारे संग जो तुम्हें मिलायो तो सुनी तुम्हारी बाणी अंध भया पे खतहीना प्रताप पुरख निर्वाणी बोला तारो तारण हारे तारो तार दौलत बेड़ी पाप भरी है दौलत बेड़ी पाप भरी है पवन लगे मत जाई सानमुख सिद्ध बेटन को आए नेचो दे वड़ियाई गुरतार तारण हारिया तारण हारिया तारण हारिया बोला तारण हारिया
What?
सारे तरला पाओ लिखे कते ना छुट्टी है। जे तू हिसाब किताब करेगा ना फिर तो असि छुट नहीं सकते। क्यों? क्योंकि खिन खिन भूलण वाला गलतियां ही एडिया कीतियां ने कि बख्शे जा ही नहीं सकते। हिसाब किताब ना करी, जे हिसाब किताब करेगा फिर असि बख्शे नहीं जा सकते, क्योंकि गलतियां ही पैर पैर ते कीतियां। लेखे कते ना छुट्टी है, सारे बोलो लेखे कते ना छुट्टी है। खिन खिन बख्शन गार बख्श ले नानक पार उतार। हे गोविंद हे गोपाल हे दयाल ला प्राणनाथ अनाथ सखे दीन दर्द निवार। हे समर्थ अगम पूरण मोहि मया तार अंधकूप महा पिया नानक पार उतार। नानक पार उतार नानक पार तारु तारण गाने तारो तारण गाने बोलो तारु तारण हारे वाहेगुरु तारु तारण हारे तारो तारो तार
करो जानो त्यों तार स्वामी ज्यों जानो त्यों तार स्वामी ज्यों जानो त्यों तार स्वामी तारो तारण राधे तारो तारण हरे तारो सामने बैठे नू दर्शन करो इस तरह नहीं इस तरह नहीं कीर्तन दा फल थोड़ा है भावना दा फल ज्यादा है ये समझो गल नू कीर्तन ते दुनिया करदी है सुनदी भी दुनिया है पर जदों भावना छाला मारन लग पैणा अंदर वो कीर्तन तेनू की तेरी कुल्ला नू तारण दी समर्था रखदा है भावना ही ते सारी होर की सामने देखो इश्क की निमाज का ये पहला असूल है यार होवे सामने ता सजदा कबूल है यार नू सामने ना बिठाया कादे सजदे कीते अंदर दी अख नाल दर्शन करो जिन्हू बेनतियां कर रहे हो सामने बैठा होया साडी फरियाद सुनन वास्ते भाई इस तरह ये भावना बना के जदों बेनतियां करोगे तो हो ही नहीं सकता सतगुरु कबूल ना करन सेवा दा फल थोड़ा है भावना दा फल ज्यादा आखो सतनाम श्री वो सेवा ते दुनिया कर दी है सेवा ते दुनिया कर दी एक मैं शरीर नू वेखिया दो लगे हुए जुड़े दी सेवा कर रहे नाले जुड़िया दी सेवा कर रहे नाले घर दियां पंडा खोल रहे नाले एक दूजा सामने नहीं ओदी निंदा चुगली भी कर रहे ने है वो ते सेवा रही है पर भावना नहीं है शामिल जे भावना होंगी ते भावना होंदी ते फिर अंदर वाला ये कहंदा मना जे किसे बीबी दा जोड़ा आया ते भावना बना के ते माई पागो दा जोड़ा देनी ये भावना बनती है जो भावना नाल सेवा होंदी है ना फिर वो वखरी गल होंदी इस करके हर चीज च भावना शामिल करो बद्दा चट्टी जो भरे ना गुण ना उपकार जेड़ी चीज भावना नाल हो जाएगी क्योंकि सतगुरु सदा दयाल है पाई बिन भागा क्या पाई है एक नदर कर वेखे सब उपर जेहा पाओ तेहा पाई है बस भावना दी खेड है सारी भावना बननी चाहिए भावना बननी चाहिए जो तो भावना बन जाएगी उदो समझ ली तेरा पल पल ओदे चरणा च प्रमाण हो जी सचे पातशाह मेहर करना आओ थोड़ी जी कोशिश करिए बारले नेत्र बंद करो इन्होंने बड़ा कुछ वेख लिया फिर भी रजिया नहीं आखो सतनाम श्री बड़ा कुछ वेख लिया बड़ा कुछ वेख लिया कमाल दी गल है मर चले हैं हजे भी भुखी दी भुखियां ने हजे भी रजिया ने उस दिन रजन गियां जदों आ दर्शन कर लेंगी अंदर वाले बैठे नू वेख लेंगी आओ कोशिश करो थोड़ी जी नानक से अखड़ियां बेहन वो अखा ही होर ने जिनी दिसंदो मां पीरी इन्हां अखा नाल ते दुनिया दिसदी है जदों भावना दी अख खुलदी है
इसे कुदरत विचों कादर दे दीदार हो जाती। बस थोड़ी जी भावना होनी चाहिए। कमाल की गल है जदों भगतां दा जीवन पढ़ते हैं उत्ते कुत्ते जांदे चे भी कहिंदे आ रब्बा सुक्कियां रोटियां क्यों लई जांदा है, घिओ की थैली भी लै जा चुपड़ के खाई। कमाल की गल है जदों अख खुल गई वह कुत्तियां चो भी रब नूं देखदे है। बदकिस्मती साडी असीं बंदियां चो रब नूं नहीं वेखदे, कंधा पाई फिरदे हां, कंधा पाई फिरदे। अरदास करो कि भावना वाली अख खुले। भाई कन्हैया जी की शिकायत हो गई, महाराज जी हुक्म करो, कलगीधर स्वामी हुक्म करो भाई सिंह शिकायत कर दे जी। शिकायत की है? कहिंदे असी जख्मी करते हैं, वह डिग पैंदे, तुसी पानी पिला के फिर खड़ा कर देंगे। आखो सतनाम श्री वाहेगुरू। भाई कन्हैया जी कहण लगे महाराज सिख झूठ बोलदे, वो असी खुद वेखिया है तेनू, असी उन्हां नूं जख्मी करते हैं तो तू पानी पिला के फिर खड़ा कर दें। महाराज कहते सच्ची गल है? भाई कन्हैया जी कहते मैनू तो दुश्मन दिखता ही कोई नहीं, जेड़ा मेरे अगे बुक करता है मैनू इस तरह लगता है जिवें तू कीती होई है बुक। तू बुक करनों हट जा, मैं पानी पिलाणों हट जाऊंगा। आखो सतनाम श्री वाहेगुरू। आ वेख लो सेवा कर करके भी नफरतां दीआं कंधां पाईआं होई, क्या फायदा? फिर अरदास करो, अरदास करो सच्चे पातशाह नूं, तेरे चरणा च रह के गरीब निवाज अंदरों ये साड़े खत्म हो जाए। ये ईरखा द्वैस जिहड़ी अंदर नूं तंग कर दी है, जिहड़े चंगे गुणा नूं सार दी है, गरीब निवाज खत्म हो जाए। बिसर गई सब तात पराई जब ते साध संगत मोहे, ना को बैरी नहीं बेगाना सगल संग हमको बने आई। महाराज कहिंदे ही दसना चाहुंदा सी मैं सिखां नूं, यही दसना चाहुंदा सी मैं सिखां नूं, महाराज ने बावां खोल लईआं, कलेजे नाल लाया, प्यार कीता, मलम दी डब्बी भी दित्ती। महाराज कादे वास्ते? महाराज कहिंदे जिथे प्यासियां नूं पाणी पिलाना उथे जख्मियां दे जख्म ते मलम भी ला दिया गया। आखो सतनाम श्री वाहेगुरू। बस जदों अख खुल जांदी है ना भावना दी, सतगुरु चाबियां दे देंदे। जब तक अख नहीं खुली चलाकियां नाल थोड़ना चाबियां मिलदी, चलाकियां नाल नहीं मिलदियां, सियाणपा नाल नहीं मिलदी। अरदास करो किते नीवे होइए, सतगुरु सब कुछ वेखदे है, सब कुछ वेखदे है, बस तेरी भावना नूं वेखदे है। गुरु अमरदास महाराज कहण लगे भाई जेठा जी नूं भी ते भाई रामा जी नूं भी, साडी उम्र वडेरी हो गई हुण, बहुता तुरिया फिरिया नहीं जांदा, साढ़े बैठण वास्ते थड़े बनाओ। आखो सतनाम श्री वाहेगुरू। वेख लो महाराज की परखदे सी, ते भाई जेठा जी ने ते सत बचन कीता, महाराज शुक्र है सच्चे पातशाह गरीब नूं सेवा लाया जे कोई। ते भाई रामा जी कहिंदे कोई जमाइयां कोल कम कराए जांदे ने, इह कोई जवाइयां दे कम ने करन वाले, ते मिस्त्री मजदूरां नूं सद्दो। अंदर ही अंदर करदे रहे गुस्सा, खैर बनाए, जदों शाम नूं महाराज आए कहण लगे ठीक नहीं बने ढा दिओ। भाई जेठा जी ठीक नहीं बनिया ढा दिओ सत बचन महाराज। भाई रामा जी अंदर ही अंदर पहले दिन ते कहण लगे बनिया ते ठीक ही है, उम्र वडेरी हो गई, बहुता पता नहीं लगता। आखो सतनाम श्री है। दोनों जवाई ने, है दोनों दामाद ने, प्यारियों वेख लो सतगुरु भी भावना चैक कर दे, भावना चैक कर दे। साध संगत दूसरे दिन फिर बनवाए थड़े, शाम नूं आउंदे ने सतगुरु कहिंदे ढा दिओ अज भी ठीक नहीं बने। कवि संतोख सिंह जी ने सूरज प्रकाश ग्रंथ च लिखिया है 10 नहीं 11 वारी बनवाए थड़े। आखो सतनाम श्री वाहेगुरू। 11 वार थड़े बनाए, 11 वार, कमाल की गल है। सतगुरु कहते रहे कि ठीक नहीं बने, अखीरले वेले भाई रामा जी तत्ते हो गए, बनवा लो जिदे कोल बनवाने जे, फिर बनवा लो, फिर जिदे कोल बनवाने जे। अवल ते कम जवाइयां दे नहीं होंदे, मिस्त्री मजदूरां कोलो बनवाओ। महाराज कहण लगे बस यही वेखदा सी, यही वेखदा सी किदा हिरदे दा थड़ा मजबूत है जिथे अपनी जो टिका दईए। आखो सतनाम श्री असी भी चैक करते सी गुरु नानक दी जो टिकाणी है, तो वेखिए तो सही थड़ा मजबूत किदा है।
फिर लै गए सब कुछ जिन्ना अंदर भावना उछाले मार दी सी भाई जेठे तो गुरु रामदास बन गए। इस करके कीर्तन का फल थोड़ा है, भावना का फल ज्यादा है। भावना बनाओ थोड़ी, सेवा का फल थोड़ा है, भावना का ज्यादा है। किसी महापुरश की भी सेवा कर दो तो भावना नाल करो, भावना नाल। सच्ची गल है, सच्चे पातशाह भी एडी मेहर करते, एडी बख्शिश करते, तू उन्हां दी सेवा भावना नाल करेगा, दुनिया तेरी सेवा करन नूं तरसे। बस भावना शामिल करन दा। आओ एक बारी भावना नाल पढ़ लीए फिर समाप्ति का समय, क्योंकि महापुरशां ने आप संगतां दे दीदार करने, क्योंकि उन्हां दा समा कीमती है। ये बड़िया भागा नाल ऐसे महापुरशां दा समा नसीब होंदा। सारे बह के आपां उन्हां दी रसना तो अमोलक बचन सरवण करांगे। उत्तम सलोक साध के बचन अमुलीक लाल, ए रतन ते सुनत कमावत हो तू धन। केवल सुनन नाल नहीं, सुन के कमाण के जेड़े गुरु अर्जन देव जी ने मोहर लाई है, सुनत कमावत हो उधार, तेरा उधार होएगा ही होएगा जे उन्हां दे बचन सुन के कमा लेंगा। इन्ना ही नहीं, आप तरह लोके ने सार। एक संगिया नूं मैं जानदा दिल्ली रहिंदे ने, एक नानक सर दे महापुरश जदों भी आना दिल्ली उन्हां दे घर रुकना, जदों भी आना एडा प्यार करदे सी उन्हां नाल, एडा प्यार करदे सी। हुण ते चोला बदल गए ने महापुरश, जदों भी दिल्ली आना उन्हां दे घर रुकना। पर बदकिस्मती कह लो उन्हां दी, सारी जिंदगी वो मना करते रहे शराबा ना पिया करो, अज तक पीते ने। देखो कितने खुश नसीब होणगे ऐसे महापुरश जिन्हां दुनिया जिन्हां दा सत्कार करती है, जदों आना उन्हां दे घर ही रुकना। पर बचन नहीं कमा सके, बचन नहीं कमा सके, कहिंदे ही रहे शराबा ना पिया करो, पर बचन नहीं मनाया, बचन नहीं कमाया। कहण नूं सेवा करदे आ, कहण नूं सेवा करदे आ, साड़े नहीं मुकाए अंदरों आखो सतनाम श्री वाहेगुरू। कहण नूं सेवा करदे आ पर साड़े नहीं मुकाए अंदर। अरदास करो ऐसी निर्मल आत्मा की सेवा कर करके अंदर वाला निर्मल हो जाए साडा। फिर देखो महाराज किन्नियां झड़ियां ला देंदा है, वह महापुरश की खुशी भी ताही है। आओ सच्चे पातशाह नूं अरदास करिए, पंक्तियां पढ़ो फिर समाप्ति है। ते कोई भी रसना वांझी ना रहे, अंदर अंदर वाली अखां नाल रूह तो बेनतियां करनियां सामने बैठे नूं। उतारो तारण खाने, तारो तारण खाने, तारो गुरु गोविंद सिंह साहेब, धन गुरु गोविंद सिंह साहेब, धन गुरु गोविंद सिंह साहेब। कलगिया वालिया बाजा वालिया, कलगिया तारो तार।
तारो तारण हाने तारो तारण तारण की ताकत उन्हें अपने हथी रखी, दूसरा उन्हें अपने प्यारियां दे हाथ विच ताकत रखी। उदे प्यारे भी चाण जिन्हों तारना चाण तार देन, आखो सतनाम श्री वाहेगुरु। एक उन्हें संगत च ताकत रखी, आखो सतनाम श्री वाहेगुरु। वो आप ते तारदा ही है, जे तेरी सिद्धि पहुंच नहीं उन्हां तक, सिद्धि पहुंच नहीं। ओए जिहड़े जुड़े हुए ने उन्हां दी संगत कर लै, उन्हां दी संगत करके भी तर जे। हुण गणका वेखो, पापां दी भरी सी सारी जिंदगी, पाप ही कीते ना उन्हें। गणका पापण होए के पापां दा गलहार पड़ोता। पर कमाल दी गल है, भाई गुरदास जी कहिंदे महापुरख अचानचक गणका वाड़े आए खलोता। दुरमत देख दयाल होए, वो बेचारे कहण लगे महापुरश कि इहदा की कसूर है, कोई माड़े कर्म अगे आए होए। वेख लो आपी विद बनाती, दुरमत देख दयाल होए, हथों उसनों दित्तो सतोता। ते राम नाम उपदेश कर, खेल गया दे वणज सोता। लिव लगी तिस तोते, हुण तोता नहीं देके गए सी गल्ला। तोते बाजार तो अज भी बथेरे मिलते, जिन्हों मर्जी लैके दे दियो। वो महापुरश अपनी कमाई दे के गए सन, कमाई दे के गए सन, अरदास करके गए सन। इस बेचारी का की कसूर है, कोई माड़े कर्म अगे आए हुए। ए रब्बा तार इन्हां नूं, भावें तोते दा वसीला बनाया। वेखो भाई साहब कहिंदे लिब लगी तिस तोतेओं, नित पड़ाए करे असोता। ते पतित उदाहरण राम नाम, दुरमत मैल दुरमत पाप कलेवर तोता। ते सात संगत भाई साहब लिखदे ने, अंतकाल जमजाल तोड़, नरके विच ना खाद सको। किथे गई भाई साहब दसो ते सही, जिन्ने इन्ने पाप किते गई किथे? कहिंदे महापुरश दी संगत करके। ओ जप जप के किथे गई? गई वैकुंठ विबाण चढ़, नाओ रसायण छोत अछोता, थाओ निथावे माण मनोता। ओ अपनी कमाई दे के तारदा जे, संत सहाई जी के भव जल तारण हार। सब ते उच्चे जानिए नानक नाम प्यार।
ਤੇ ਸੰਗਤ ਚ ਤਾਕਤ ਰੱਖੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਪਸ਼ੂ ਬਿਰਥੀਆਂ ਵਾਲੇ ਰਾਕਸ਼ਸ ਬਿਰਥੀਆਂ ਵਾਲੇ ਜਦੋਂ ਸੰਗਤ ਕਰਦੇ ਹੈ ਆਹ ਮਾੜੀ ਮੈਲ ਧੋਤੀ ਜਾਂਦੀ ਤੇ ਸਤਿਗੁਰੂ ਆਪ ਚਾਹਣ ਤੇ ਫਿਰ ਤੈਨੂੰ ਇਕੱਲੇ ਨੂੰ ਤੇਰੀ ਕੀਆਂ ਕੁੱਲਾਂ ਤਾਰ ਸਕਦੇ ਆਹ ਬਿਬੋਰ ਸਾਹਿਬ ਚਲੇ ਜਾਓ ਬਸ ਮੈਂ ਸਮਾਪਤੀ ਕਰ ਰਿਹਾ ਮਹਾਂਪੁਰਸ਼ ਆਏ ਬੈਠੇ ਹੈ ਤੇ ਉਹਨਾਂ ਦਾ ਪਲ ਪਲ ਅਸੀਂ ਰੰਗ ਮਾਣਨਾ ਚਾਹੁੰਦੇ ਹਾਂ ਬਿਬੋਰ ਸਾਹਿਬ ਜਾਓ ਜਿੱਥੇ ਮਹਾਰਾਜ ਨੇ ਚੌਪਈ ਸਾਹਿਬ ਉਚਾਰਨ ਕੀਤੀ ਉੱਥੇ ਸਹਿਦਾ ਮਲਾ ਕਈ ਬੇੜੀਆਂ ਵਾਲੇ ਬੇੜੀਆਂ ਲੈ ਕੇ ਬਹਿੰਦੇ ਸੀ ਤੇ ਸਾਧ ਸੰਗਤ ਇਹਨੂੰ ਸਿੱਖਾਂ ਦੀ ਸੰਗਤ ਹੋਈ ਭਾਈ ਸਹਿਦੇ ਮਲਾ ਨੂੰ ਰੁਕਮਦੀਨ ਨਾਂ ਲਿਖਿਆ ਦਾ ਰੁਕਮਦੀਨ ਸਹਿਦਾ ਮਲਾ ਕਰਕੇ ਕਹਿੰਦੇ ਸੀ ਤੇ ਬਖਸ਼ੀਆਂ ਦੀ ਸੰਗਤ ਹੋਈ ਉਹ ਇਹਦੀ ਬੇੜੀ 'ਚ ਬਹਿ ਕੇ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਕਰਦੇ ਸੀ ਸਤਿਗੁਰੂ ਗਰੀਬ ਨਿਵਾਜ ਨੇ ਸਤਿਗੁਰੂ ਕੁੱਲਾਂ ਤਾਰ ਦਿੰਦੇ ਜਦੋਂ ਤੁੱਠ ਪੈਣ ਇੱਕ ਦਿਨ ਸਿੱਖਾਂ ਨੂੰ ਕਹਿੰਦਾ ਉਹ ਜਿਸ ਬਾਜਾਂ ਵਾਲੇ ਦੀ ਗੱਲਾਂ ਕਰਦੇ ਹੋ ਉਹ ਮੇਰੀ ਬੇੜੀ 'ਚ ਨਹੀਂ ਬਹਿ ਸਕਦਾ ਤੇ ਸਿੱਖ ਕਹਿਣ ਲੱਗੇ ਸਹਿਦਿਆ ਉਹ ਤੇ ਪਿਆਰ ਦੇ ਭੁੱਖੇ ਨੇ ਜਦੋਂ ਪਿਆਰ ਨਾਲ ਵਾਜਾਂ ਮਾਰੇਗਾ ਤੇਰੀ ਬੇੜੀ 'ਚ ਆ ਕੇ ਬਹਿ ਜਾਣਗੀ ਉਸ ਦਿਨ ਤੋਂ ਬੇੜੀ ਤੇ ਚਲਾਉਂਦਾ ਹੈ ਪਰ ਸਾਧ ਸੰਗਤ ਸੁਰਤ ਮਹਾਰਾਜ ਦੇ ਚਰਨਾਂ 'ਚ ਜੁੜੀ ਹੁੰਦੀ ਅੰਦਰੋਂ ਅੰਦਰੋਂ ਬੇਨਤੀਆਂ ਕਰਦੇ ਆਓ ਇੱਕ ਦਿਨ ਮੇਰੀ ਬੇੜੀ 'ਚ ਬੈਠੋ ਮਹਾਰਾਜ ਫਿਰ ਇੱਕ ਦਿਨ ਆਇਆ ਸਤਿਗੁਰੂ ਮਹਾਰਾਜ ਆਏ ਹਰ ਬੇੜੀ ਵਾਲੇ ਨੂੰ ਪੁੱਛਦੇ ਬੇੜੀ ਕਿਹਦੀ ਪਰ ਜਿਨ੍ਹਾਂ ਨੂੰ ਸੰਗਤ ਨਹੀਂ ਸੀ ਉਹ ਹਾ 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 ਕਰਕੇ ਕਹਿੰਦੇ ਸੀ ਬੇੜੀ ਮੇਰੀ ਮਹਾਰਾਜ ਹੱਸਦੇ ਸੀ ਕਿਉਂਕਿ ਸਾਧ ਸੰਗਤ ਜਿੱਥੇ ਮੈਂ ਬੜੀ ਹੁੰਦੀ ਹੈ ਉੱਥੇ ਤੂੰ ਤੂੰ ਦਾ ਵਾਸਾ ਨਹੀਂ ਹੁੰਦਾ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਤੇ ਪੁੱਛਦੇ ਪੁੱਛਦੇ ਜਦੋਂ ਸਹਿਦੇ ਮਲਾ ਕੋਲ ਆਏ ਤੇ ਅੱਖਾਂ ਨੀਵੀਆਂ ਕਰਕੇ ਬੈਠਾ ਸੀ ਇਹਦੇ ਕੰਧੇ ਤੇ ਹੱਥ ਮਾਰ ਕੇ ਕਹਿੰਦੇ ਬੇੜੀ ਕਿਹਦੀ ਤੇ ਸਿੱਖਾਂ ਕੋਲੋਂ ਸਮਝਿਆ ਸੀ ਕਿ ਸਭ ਕੁਝ ਹੈ ਹੀ ਉਹਦਾ ਸਿਲੰਡਰ ਹੋ ਕੇ ਰੋ ਤੇ ਉੱਚੀ ਉੱਚੀ ਕਹਿੰਦਾ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਬੋਲੋ ਜੋ ਕਿਛ ਹੈ ਸੋ ਤੇਰਾ ਕੀਤੀ ਸੀ ਸੰਗਤ 'ਚ ਬਚਨ ਸੁਣੇ ਸੀ ਤੇ ਸੁਣੇ ਨਹੀਂ ਸੀ ਉਹਨੂੰ ਕਮਾਇਆ ਵੀ ਮਹਾਰਾਜ ਖੁਸ਼ ਹੋ ਗਏ ਕਹਿੰਦਾ ਮਹਾਰਾਜ ਮੇਰੀ ਬੇੜੀ ਨਹੀਂ ਮੇਰੀ ਬੇੜੀ ਨਹੀਂ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਬਸ ਇੰਨੀ ਗੱਲ ਸੁਣੀ ਮਹਾਰਾਜ ਤੇ ਮਹਾਰਾਜ ਨਾਲ ਸਿੰਘ ਸੀ ਛਾਲ ਮਾਰ ਕੇ ਉਹਦੀ ਬੇੜੀ 'ਚ ਬਹਿ ਗਈ ਫਿਰ ਜਦੋਂ ਬੇੜੀ ਨੂੰ ਇਸ ਕੰਡੇ ਤੋਂ ਉਸ ਕੰਡੇ ਜਾਣ ਵਾਸਤੇ ਮਹਾਰਾਜ ਨੇ ਕਿਹਾ ਤੇ ਦਰਿਆ ਵਿੱਚ ਘੁੰਮਾਉਂਦਾ ਰਿਹਾ ਮਹਾਰਾਜ ਕਹਿੰਦੇ ਚੱਲ ਕੰਡੇ ਲਗਾ ਹੋਰ ਕੰਮ ਬਥੇਰੇ ਨੇ ਡਿਊਟੀਆਂ ਮਿਲੀਆਂ ਨਿਰੰਕਾਰ ਵੱਲੋਂ ਕਹਿੰਦਾ ਮਹਾਰਾਜ ਅੱਜ ਰੀਝਾਂ ਲਾਣ ਦਿਓ ਸਾਰੀ ਫਿਰ ਪਤਾ ਨਹੀਂ ਉਹ ਸਮਾਂ ਬਣੇ ਕਿ ਨਾ ਬਣੇ ਮਹਾਰਾਜ ਕਹਿੰਦੇ ਚੱਲ ਕੰਡੇ ਲਾ ਹੁਣ ਜਦੋਂ ਕੰਡੇ ਤੇ ਪਹੁੰਚੇ ਅੱਜ ਵੀ ਗੁਰਦੁਆਰਾ ਬਣਿਆ ਹੋਇਆ ਘਾਟ ਸਾਹਿਬ ਆਖੋ ਸਤਨਾਮ ਸ੍ਰੀ ਇਸ ਕੰਡੇ ਤੇ ਸਾਧ ਸੰਗਤ ਵਿਭੋਰ ਸਾਹਿਬ ਗੁਰਦੁਆਰਾ ਹੈ ਉਸ ਕੰਡੇ ਤੇ ਜਾਓਗੇ ਘਾਟ ਸਾਹਿਬ ਗੁਰਦੁਆਰਾ ਅਸੀਂ ਦਰਸ਼ਨ ਕਰਕੇ ਆਏ ਅੱਜ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਸਹਿਦੇ ਮਲਾ ਨੂੰ ਅਸੀਂ ਬੇਨਤੀ ਕੀਤੀ ਓਏ ਕਲਗੀਆਂ ਵਾਲੇ ਤੱਕ ਸਾਡੀ ਪਹੁੰਚ ਨਹੀਂ ਤੈਨੂੰ ਬੇਨਤੀ ਕਰਦੇ ਹਾਂ ਜਿਵੇਂ ਤੂੰ ਰਿਝਾਇਆ ਸਾਨੂੰ ਵੀ ਕਿਣਕਾ ਪਿਆਰ ਦਾ ਭਾਵਨਾ ਦਾ ਦੇ ਦੇ ਅਸੀਂ ਵੀ ਆਪਣੇ ਪ੍ਰੀਤਮ ਨੂੰ ਰਿਝਾ ਲਈ ਫਿਰ ਜਦੋਂ ਮਹਾਰਾਜ ਤੇ ਸਿੰਘ ਬੇੜੀ ਤੋਂ ਬਾਹਰ ਹੋਏ ਤੇ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਨੂੰ ਪੁੱਛ ਇਹਨੂੰ ਕੀ ਦਈਏ ਤੈਨੂੰ ਆਗੋ ਸਤਨਾਮ ਸ੍ਰੀ ਤੇ ਦਇਆ ਸਿੰਘ ਕਹਿਣ ਲੱਗਿਆ ਉਹ ਸੱਚੇ ਪਾਤਸ਼ਾਹ ਪੁੱਛਦੇ ਕੀ ਬੇਟਾ ਦਈਏ ਤੈਨੂੰ ਕਹਿੰਦਾ ਮਹਾਰਾਜ ਨੂੰ ਕਹਿ ਦਿਓ ਜਿਨ੍ਹਾਂ ਦਾ ਵਪਾਰ ਇੱਕੋ ਜਿਹਾ ਹੋਵੇ ਉਹ ਮਾਇਆ ਦਾ ਲੈਣ ਦੇਣ ਨਹੀਂ ਕਰਦੇ ਸੌਦਾ ਵਟਾ ਲੈਂਦੀ ਕਹਿੰਦੇ ਦਇਆ ਸਿੰਘ ਕਹਿੰਦਾ ਉਹ ਜ਼ੁਬਾਨ ਸੰਭਾਲ ਕੇ ਗੱਲ ਕਰ ਉਹ ਕਿੱਥੇ ਏਡੇ ਵੱਡੇ ਸਵਾਮੀ ਤੂੰ ਕਿਤੇ ਟੁੱਟੀ ਫੁੱਟੀ ਬੇੜੀ ਚਲਾਉਣ ਵਾਲਾ ਤੇਰਾ ਉਹਨਾਂ ਦਾ ਵਪਾਰ ਇੱਕੋ ਜਿਹਾ ਕਿਵੇਂ ਹੋ ਗਿਆ ਕਹਿੰਦਾ ਮੈਂ ਸੱਚ ਕਹਿੰਦਾ ਬਸ ਫਰਕ ਇੰਨਾ ਹੈ ਕਿ ਮੈਂ ਛੋਟਾ ਵਪਾਰੀ ਹਾਂ ਇਹ ਵੱਡੇ ਵਪਾਰੀ ਨੇ ਆਖੋ ਸਤਨਾਮ ਸ੍ਰੀ ਉਹ ਦਇਆ ਸਿੰਘ ਕਹਿੰਦੇ ਤੂੰ ਖਾਮੋਸ਼ ਹੋ ਕੀ ਬੋਲੀ ਜਾਂਦਾ ਤੈਨੂੰ ਪਤਾ ਨਹੀਂ ਮਹਾਰਾਜ ਏਡੇ ਵੱਡੇ ਸਵਾਮੀ ਕਹਿੰਦਾ ਗਰਮ ਨਾ ਹੋਵੋ ਸੱਚੇ ਪਾਤਸ਼ਾਹ ਨਾਲ ਸਿੱਧੀ ਗੱਲ ਕਰਾ ਦਿਓ ਮੇਰੀ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਬਈ ਸਹਿਦਿਆ ਕੀ ਚਾਹੁੰਦਾ ਤੂੰ ਮਹਾਰਾਜ ਮਾਇਆ ਦਾ ਲੈਣ ਦੇਣ ਨਾ ਕਰੋ ਤੁਹਾਡਾ ਔਰ ਮੇਰਾ ਵਪਾਰ ਇੱਕੋ ਜਿਹਾ ਹੀ ਹੈ ਬਸ ਸੌਦਾ ਵਟਾ ਲਓ ਮਹਾਰਾਜ ਕਹਿੰਦੇ ਕੀ ਚਾਹੁੰਦਾ ਕਹਿੰਦਾ ਸਤਿਗੁਰੂ ਅੱਜ ਤੁਸੀਂ ਸਿੰਘਾਂ ਸਮੇਤ ਮੇਰੇ ਘਾਟ ਤੇ ਆਏ ਮੇਰੇ ਕੋਲ ਟੁੱਟੂ ਫਿੱਟੀ ਬੇੜੀ ਹੈ ਬਸ ਮੇਰੀ ਇੰਨੀ ਸਮਰੱਥਾ ਹੈ ਮੈਂ 10, 20, 50, 30, 40 ਨੂੰ ਇਸ ਕੰਡੇ ਤੋਂ ਉਸ ਕੰਡੇ ਲਾਉਂਦਾ ਤੁਸੀਂ ਵੱਡੇ ਵਪਾਰੀ ਹੋ ਤੁਸੀਂ ਭਵ ਸਾਗਰਾਂ ਤੋਂ ਬਾਹਰ ਲਾਉਂਦੇ ਹੋ ਸਾ
कहते चाहना की है, कहता सौदा बटा लो बस, अज तुसी सिंघा समेत मेरे घाट ते आए, मैं इस कंडे तो तुहानू उस कंडे लाया, जो मैं तुहाडे घाट ते आवां मैनू पार ला दिओ। महाराज खुश हो गए भावना वेख के, कहन लगे दया सिंह वो एक बारी गिणती गिण किन्ने सिंह बह के आए दी बेड़ी जी, एक दो तीन चार उन्नी ते रुक गया भाई दया सिंह, कहिंदा महाराज उन्नी सिख वीवा मैं ते इक्कीवें तुसी। सतगुरु कहन लगे ओ सहदिया जा फिर तू भी याद रखेगा सतगुरां नाल मिलाप होया सी, तेरी भावना तो सदके तू सानू इक्कीआं नू तारिआ ई, बचन करदिआं तेरिआं इक्कीआं कुल्लां धारिआ ई। आखो सतनाम श्री वाहेगुरु। ओए सतगुरु महाराज की नहीं कर सकते, बस निमाणा निताणा होके बेनती करिए, जे तेरी सिद्धि पहुंचनी उन्हां दे बख्शियां दी संगत कर, जिथे वो आप तरे हुए ने उन्हां दी संगत भी तेनू तार सकती है। भुल चुक दी खेमा इन्नी हाजरी प्रवान कर लैनी, हुण महापुरशां दे मोलक बचन आपां सारे टिक के सरवण करिए, फिर आनंद साहब अरदास हुक्मनामे सुन के सारे लंगर प्रशादा छक के जाना। रूबी वीर जी का धनवाद, महाराज ने जो खुशियां का समां इन्हां दे घर च बख्शिया है, पोतरे के जन्मदिन की खुशी अंदर वेखो, लोग शराबां दीआं पेटियां खोल दे, ते इस तरह के कारज करिए, है महापुरशां की संगत का असर। सतगुरु महाराज मेहर करन, ए लोग सुखी है पर लोग सुहेले, नानक हर प्रभ मिले। असीसां बख्शो गरीब जत्थे वल्लों महापुरशां नू जी आया नू, हुण उहनां दे बचन सरवण करो जी। वाहिगुरु जी का खालसा, वाहिगुरु जी की फतेह।